पैजे किते लोड गल चकण हो ना सकदी सिख कौम पासर पत दा है मंगदी पैजे किते लोड गल चकण हो ना सकदी मेरे पुत्री जो सना है बावरी पुत्री जो सना है बावरी सानू ललकारे किते पैजे ना छटेन गल चकणी समण सरकारे ना छटेन गल चकणी समण सरकारे छटेन गल चकणी समण सरकारे ओ पैजना छटेन गल चकणी समण सरकारे छटेन गल चकणी समण सरकारे ओ पैजना छटेन गल चकणी समण सरकारे छटेन गल चकणी समण सरकारे ओ पैजना छटेन गल चकणी समण सरकारे चोले
ਪਛਤਾਇਓ ਨਾ ਚੋਕਲੀ ਛਪਿੰਜਾ ਫਿਰ ਪਿੱਛੋਂ ਪਛਤਾਇਓ ਨਾ ਜਦੋਂ ਚੋਕਲੀ ਛਡੇਣ ਫਿਰ ਖਾਲਸੇ ਚੋਕਲੀ ਛਡੇਣ ਫਿਰ ਖਾਲਸੇ ਅਨੋਕੇ ਹੁਣ ਤਾਰੇ ਨੀ ਕਿਤੇ ਪੈ ਜੇ ਨਾ ਛਡੇਣ ਗੱਲ ਚੱਕਣੀ ਸੰਭਲ ਸਰਕਾਰੇ ਨੀ ਨੀਤ ਕੀਤਾ ਹੋਇਆ ਸਮਾਂ ਪ੍ਰਬੰਧਕ ਵੱਲੋਂ ਸਮਾਪਤ ਹੈ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ। ਸਤਿਗੁਰੂ ਜੀ ਅਤੇ ਸੰਗਤ ਬਖਸ਼ਣ ਜੋ ਗੁਰਮੁਖ ਸੈਣਾ ਗਰੀਬ ਨਿਵਾਜ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਅੱਗੇ ਇੱਕ ਅਰਦਾਸ ਜ਼ਰੂਰ ਕਰਿਓ, ਕਿਉਂਕਿ ਸੱਚ ਬੋਲਣ ਵਾਲਿਆਂ ਦੇ ਰਸਤਿਆਂ 'ਤੇ ਔਂਕੜਾਂ ਬੜੀਆਂ ਆਉਂਦੀਆਂ ਨੇ। ਇਹ 9 ਸਾਲ ਦੀ ਅਵਸਥਾ ਤੋਂ ਅੱਜ ਤੱਕ ਅਸੀਂ ਔਂਕੜਾਂ ਚੱਲ ਰਹੇ ਹਾਂ। 10-11 ਸਾਲ ਦੀ ਅਵਸਥਾ ਸੀ ਜਦੋਂ ਪਿਤਾ ਨੂੰ ਹਕੂਮਤ ਨੇ ਸ਼ਹੀਦ ਕਰ ਦਿੱਤਾ, ਅਤੇ ਅੱਜ ਸਾਨੂੰ ਬਦਨਾਮ ਕਰਨ ਵਾਸਤੇ ਕਈ ਕੁਝ ਚੱਲ ਰਿਹਾ। ਉਹ ਚਾਹੁੰਦੇ ਨੇ ਵੀ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਆ ਜਿਹੜੇ 2-4 ਭਿੰਡਰਾਂ ਵਾਲਿਆਂ ਦੀਆਂ ਵਾਰਾਂ ਬੋਲਦੇ ਨੇ, ਇਹ ਵੀ ਨਾ ਬੋਲਣ। ਪਰ ਗੁਰੂ ਦੀ ਕਿਰਪਾ ਹੋਵੇ, ਗਰੀਬ ਨਵਾਜ਼ ਸਤਿਗੁਰੂ ਜੀ ਦੀ ਰਹਿਮਤ ਹੋਵੇ, ਅਤੇ ਸਤਿਗੁਰੂ ਜੀ ਆਪ ਬੁਲਾਉਂਦੇ ਨੇ ਬਾਪੂ ਦੀ ਹਜ਼ੂਰੀ ਦੇ ਅੰਦਰ। ਵਿਚਾਰ ਕੁਝ ਹੋਰ ਬਣਿਆ ਹੁੰਦਾ ਹੈ, ਅਤੇ ਜਦੋਂ ਬਾਪੂ ਦੀ ਹਜ਼ੂਰੀ ਦੇ ਅੰਦਰ ਆਈਦਾ ਤਾਂ ਹੋਰ ਬਣ ਜਾਂਦਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਿੱਖ ਕੌਮ ਦੀ ਸੇਵਾ ਇਸੇ ਤਰੀਕੇ ਨਾਲ ਗਰੀਬ ਨਿਵਾਜ਼ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਲੈਂਦੇ ਰਹਿਣ। ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟ ਅਨਕੋਟ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਜੀ। ਅਸੀਸ ਬਖਸ਼ੋ ਦੇਹੋ ਸੱਜਣ ਅਸੀਸੜੀਆਂ, ਜੋ ਹੋਏ ਸਾਹਿਬ ਸੋ ਮਿਲ ਬਲਾਹੋ ਜੀ ਫਤਿਹ ਤੇ ਆਓ। 6 ਪੌੜੀਆਂ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।